ਬਟਾਲਾ ਪੁਲਿਸ ਨੇ ਇੱਕ ਪੂਰਵ ਫੌਜੀ ਅਤੇ ਉਸਦੇ ਦੋ ਹੋਰ ਸਾਥੀਆਂ ਨੂੰ ਨਜਾਇਜ਼ ਹਥਿਆਰ ਦੇ ਨਾਲ ਪਕੜਿਆ ਹੈ। ਪੁਲਿਸ ਦੀ ਮੰਨੀਏ ਤਾਂ ਪੂਰਵ ਫੌਜੀ ਨੇ ਆਪਣੀ ਤੈਨਾਤੀ ਦੇ ਵੇਲੇ AK-47 ਕਸ਼ਮੀਰੀ ਆਤੰਕਵਾਦੀ ਦੇ ਮਰਨ ਤੇ ਗਾਇਬ ਕੀਤੀ ਸੀ ਅਤੇ ਬਾਅਦ ਵਿੱਚ ਛੁਪਾ ਦਿੱਤਾ ਸੀ। ਪਕੜੇ ਗਏ ਆਰੋਪੀ ਨਸ਼ਾ ਕਰਦੇ ਹਨ ਅਤੇ ਨਸ਼ੇ ਦੀ ਆਪੂਰਤੀ ਦੇ ਲਈ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਅਤੇ ਨਾਲ ਹੀ ਗੈਂਗਸਟਰ ਨੂੰ ਆਪਣੇ ਠਿਕਾਣੇ ਤੇ ਪਨਾਹ ਵੀ ਦਿੰਦੇ ਸੀ। ਗੁਰਪ੍ਰੀਤ ਸਿੰਘ ਨਿੱਕੂ ਜੀ ਇੱਕ ਐਕਸਟਰਾ ਜਿਹੜਾ ਸਰਵਿਸਮੈਨ ਹੈਗਾ, ਇਹ ਅਸੀਂ ਅਰੈਸਟ ਕੀਤਾ SSP ਬਟਾਲਾ ਨੇ ਅਤੇ SHO ਘਣੀ ਕੇ ਬਾਂਗਰ ਨੇ। ਇਹਦੇ ਕੋਲੋਂ ਇੱਕ AK-47 ਰਿਕਵਰ ਹੋਈ ਹੈ ਅਲੋਂਗ ਵਿਦ ਲਾਈਵ ਕਾਰਟਰੇਜਿਸ ਐਂਡ ਮੈਗਜ਼ੀਨ। ਇਹਦੇ ਨਾਲ ਇੱਕ ਜੋਇਲ ਮਸੀਹ ਅਰੈਸਟ ਕੀਤਾ, ਇਹਦਾ ਗੈਂਗ ਮੈਂਬਰ ਸੀਗਾ। ਇਹ ਵੈਪਨ ਲੈ ਕੇ ਆਇਆ ਸੀ GNK ਤੋਂ, ਇਹ ਲੁੱਟਾਂ ਖੋਹਾਂ ਲਈ ਯੂਜ਼ ਕਰਦੇ ਸੀ ਇਹਨੂੰ, ਅਤੇ ਫੋਰਚੂਨੇਟਲੀ ਇਹ ਫੜ ਲਈ ਗਈ ਹੈ। ਅਦਰਵਾਈਜ਼ ਇਟ ਵਾਜ਼ ਅ ਵੈਪਨ ਆਫ ਮਾਸ ਡਿਸਟਰਕਸ਼ਨ। ਅਗਰ ਇਹ ਕਿਸੇ ਹੋਰ ਗਲਤ ਅੰਸਰ ਦੇ ਪੈ ਜਾਂਦਾ, ਰੈਡੀਕਲਸ ਦੇ ਹੱਥ ਪੈ ਜਾਂਦਾ ਜਾਂ ਗੈਂਗਸਟਰ ਦੇ ਹੱਥ ਪੈ ਜਾਂਦਾ, ਤਾਂ ਇਹਦੇ ਨਾਲ ਪੰਜਾਬ ਦੀ ਪੀਸ ਬਹੁਤ ਜ਼ਿਆਦਾ ਖਰਾਬ ਹੁੰਦੀ ਹੈ। ਤੋ ਦਿਸ ਟੀਮ ਆਫ SSP ਐਂਡ ਇਜ਼ ਮੈਨ ਹੈਵ ਡਨ ਐਨ ਐਕਸਲੈਂਟ ਵਰਕ। ਵੈਪਨ ਯੂ ਹੈਵ ਆਲਰੇਡੀ ਸੀਨ ਦੈਟ। ਨਹੀਂ, ਉਹ ਹਾਲੇ ਇੰਟਰੋਗੇਸ਼ਨ ਚੱਲ ਰਹੀ ਹੈ, ਉਹਦੇ ਵਿੱਚ ਜੋ ਕੋਈ ਐਲੀਮੈਂਟ ਜਿੱਦਾਂ ਜਿੱਦਾਂ ਇੰਟਰੋਗੇਸ਼ਨ ਦੇ ਵਿੱਚ ਹੋਰ ਫੈਕਟ ਆਉਣਗੇ, ਹੋ ਸਕਦਾ ਇਹਨਾਂ ਦੇ ਹੋਰ ਐਸੋਸੀਏਟ ਹੋਣ, ਹੋ ਸਕਦਾ ਕੱਲ੍ਹ ਨੂੰ ਤੀਜਾ ਬੰਦਾ ਵੀ ਅਸੀਂ ਫੜ ਲਈਏ, ਚੌਥਾ ਫੜ ਲਈਏ। ਉਹ ਦੈਟ ਇਜ਼ ਸਟਿਲ ਗੋਇੰਗ ਔਨ। ਹਾਲੇ ਤੱਕ ਦੋ ਫੜੇ ਨੇ, ਇੱਕ ਹੋਰ ਬੰਦਾ ਫੜਿਆ ਜਿਹੜਾ ਤੁਹਾਨੂੰ ਦੱਸਿਆ, ਉਹ ਦੈਟ ਇਜ਼ ਅ ਸੈਪਰੇਟ ਮੋਡਿਊਲ ਫਾਦਰ ਬੰਦਾ, ਉਹ ਗੈਂਗਸਟਰ ਨਾਲ ਲਿੰਕਡ ਹੈਗਾ, ਇਹ ਇੱਥੇ ਲੁੱਟਾਂ ਖੋਹਾਂ ਕਰਦੇ ਸੀਗੇ। ਗੁਰਦਾਸਪੁਰ ਤੋਂ ਰਿਸ਼ਪਾਲ ਬਿੱਟੂ ਦੀ ਰਿਪੋਰਟ, ਚੈਨਲ 2।